ਅੱਜ ਤੋਂ ਅਮਰਨਾਥ ਯਾਤਰਾ ਸ਼ੁਰੂ ਹੋ ਚੁੱਕੀ ਹੈ ਅਤੇ ਜੇਕਰ ਗੱਲਬਾਤ ਕੀਤੀ ਜਾਵੇ ਸੁਰੱਖਿਆ ਦ੍ਰਿਸ਼ਟੀ ਤਾਂ ਸੁਰੱਖਿਆ ਵਿਵਸਥਾ ਜਿਹੜੀ ਹੈ ਕਿ ਹਰ ਇੱਕ ਜਗ੍ਹਾ ਦੇ ਉੱਤੇ ਵਧਾ ਦਿੱਤੀ ਗਈ ਹੈ। ਇਸ ਵਕਤ ਅਸੀਂ ਫਰੀਦਕੋਟ ਰੇਲਵੇ ਸਟੇਸ਼ਨ 'ਤੇ ਮੌਜੂਦ ਹਾਂ ਜਿੱਥੇ ਕਿ ਤੁਸੀਂ ਸੁਰੱਖਿਆ ਦ੍ਰਿਸ਼ਟੀ ਦੀ ਗੱਲਬਾਤ ਕਰੀਏ ਤਾਂ ਵੇਖ ਸਕਦੇ ਹੋ ਕਰਮਚਾਰੀ ਤੈਨਾਤ ਨੇ ਜੋ ਵੀ ਗੱਡੀਆਂ ਆ ਜਾ ਰਹੀਆਂ ਨੇ, ਇਸ ਵਕਤ ਜੰਮੂ ਤੋਂ ਵੀ ਗੱਡੀ ਜਿਹੜੀ ਹੈਗੀ ਉਹ ਆ ਰਹੀ ਹੈ ਅਤੇ ਆਉਣ ਜਾਣ ਵਾਲਿਆਂ ਦੀ ਇੱਥੇ ਜਿਹੜੀ ਹੈਗੀ ਹੈ ਇਸ ਵਕਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਟੇਸ਼ਨ ਦੀ ਬਕਾਇਦਾ ਪ੍ਰੋਪਰ ਤਰੀਕੇ ਨਾਲ ਜਿਹੜੀ ਹੈਗੀ ਹੈ ਚੈਕਿੰਗ ਕੀਤੀ ਜਾਣੀ ਹੈ। ਆਉਣ ਜਾਣ ਵਾਲੇ ਜੋ ਲੋਕ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਕੋਈ ਵੀ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਉਸ ਤੋਂ ਵੀ ਗਹਿਨਤਾ ਨਾਲ ਉਸਦੇ ID ਕਾਰਡਸ ਜਾਂ ਹੋਰ ਜੋ ਡਾਕੂਮੈਂਟਸ ਨੇ ਉਹ ਚੈੱਕ ਕੀਤੇ ਜਾਂਦੇ ਨੇ। ਇਸ ਵਕਤ ਦੀ ਗੱਲ ਕਰੀਏ ਤਾਂ ਜੰਮੂ ਤਵੀ ਜਿਹੜੀ ਟ੍ਰੇਨ ਹੈਗੀ ਹੈ ਉਹ ਇਸ ਵਕਤ ਇੱਥੇ ਫਰੀਦਕੋਟ ਸਟੇਸ਼ਨ 'ਤੇ ਪਹੁੰਚ ਰਹੀ ਹੈ, ਜਿਸਦੀ ਕਿ ਚੈਕਿੰਗ ਕੀਤੀ ਜਾਣੀ ਹੈ, ਤਲਾਸ਼ੀ ਕੀਤੀ ਜਾਣੀ ਹੈ। ਤਾਂ ਤਸਵੀਰਾਂ ਤੁਸੀਂ ਇਸ ਵਕਤ ਫਰੀਦਕੋਟ ਰੇਲਵੇ ਸਟੇਸ਼ਨ ਦੀਆਂ ਵੇਖ ਰਹੇ ਹੋ। ਦੱਸਿਆ ਜਾ ਰਿਹਾ ਕਿ ਜੋ ਜਾਣਕਾਰੀ ਹਾਸਿਲ ਹੋਈ ਹੈ ਕਿ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਜਿਹੜਾ ਹੈਗਾ ਇਸ ਵਕਤ ਹਰ ਇੱਕ ਜਗ੍ਹਾ 'ਤੇ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ। ਅਤੇ ਇਹ ਤਸਵੀਰਾਂ ਤੁਸੀਂ ਫਰੀਦਕੋਟ ਦੀਆਂ ਦੇਖ ਰਹੇ ਹੋ। ਇਹ ਟ੍ਰੇਨ ਹੈ ਜੋ ਕਿ ਇਸ ਵਕਤ ਇੱਥੇ ਪਹੁੰਚੀ ਹੈ ਅਤੇ ਜੋ ਕਰਮਚਾਰੀ ਨੇ, ਪੁਲਿਸ ਦੇ ਕਰਮਚਾਰੀ ਨੇ, GRP ਦੇ ਕਰਮਚਾਰੀ ਨੇ, ਉਹਨਾਂ ਵੱਲੋਂ ਹਰ ਇੱਕ ਜਗ੍ਹਾ ਦੇ ਉੱਤੇ ਗਹਿਨਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਤਾਂ ਜਿਵੇਂ ਇਹ ਟ੍ਰੇਨ ਰੁਕਦੀ ਹੈ ਤਾਂ ਜੋ ਵਿਅਕਤੀ ਹੋਣਗੇ ਉਹਨਾਂ ਦਾ ਸਮਾਨ ਜਾਂ ਉਹਨਾਂ ਜੋ ਡਾਕੂਮੈਂਟਸ ਵਗੈਰਾ ਨੇ ਉਹ ਤਮਾਮ ਚੀਜ਼ਾਂ ਨੇ ਜੋ ਉਹ ਚੈੱਕ ਕੀਤੀਆਂ ਜਾਣਗੀਆਂ। ਤਾਂ ਵੇਖ ਸਕਦੇ ਹੋ ਪੁਲਿਸ ਦੇ ਕਰਮਚਾਰੀ ਜੋ ਨੇ ਲਗਾਤਾਰ ਇੱਥੇ ਇਸ ਵਕਤ ਡਟੇ ਹੋਏ ਨੇ, ਚਾਹੇ ਸਿਟੀ ਪੁਲਿਸ ਦੀ ਗੱਲਬਾਤ ਕਰੀਏ ਜਾਂ GRP ਦੀ ਗੱਲਬਾਤ ਕਰੀਏ। ਤਾਂ ਤਸਵੀਰਾਂ ਤੁਸੀਂ ਫਰੀਦਕੋਟ ਸਟੇਸ਼ਨ ਦੀਆਂ ਵੇਖ ਰਹੇ ਹੋ ਜਿੱਥੇ ਕਿ ਚੈਕਿੰਗ ਇਸ ਵਕਤ ਤੁਹਾਨੂੰ ਚੱਲਦੀ ਹੋਈ ਨਜ਼ਰ ਆਵੇਗੀ। ਤਾਂ ਜੋ ਲੋਕ ਆ ਜਾ ਰਹੇ ਨੇ ਉਹਨਾਂ ਤੋਂ ਵੀ ਜਾਣਕਾਰੀ ਜਿਹੜੀ ਹੈ ਉਹ ਹਾਸਿਲ ਕੀਤੀ ਜਾਵੇਗੀ, ਉਹਨਾਂ ਨਾਲ ਗੱਲਬਾਤ ਕੀਤੀ ਜਾਵੇਗੀ। ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੱਥੇ ਜਿਹੜੇ ਪੁਲਿਸ ਦੇ ਕਰਮਚਾਰੀ ਨੇ, ਅੰਦਰ ਜੋ ਵਿਅਕਤੀ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ, ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਜਿਹੜੀ ਹੈਗੀ ਹੈ ਉਹ ਵੀ ਕੀਤੀ ਜਾ ਰਹੀ ਹੈ। ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੱਥੇ ਜੋ ਲੋਕ ਬੈਠੇ ਨੇ, ਸਮਾਨ ਜਿਹੜੀ ਹੈਗੀ ਚੈਕਿੰਗ ਕੀਤੀ ਜਾ ਰਹੀ ਹੈ। ਤਾਂ ਤਸਵੀਰਾਂ ਤੁਸੀਂ ਫਰੀਦਕੋਟ ਦੀਆਂ ਵੇਖ ਰਹੇ ਹੋ। ਜੰਮੂ ਤੋਂ ਵੀ ਟ੍ਰੇਨ ਹੈ ਜੋ ਕਿ ਇਸ ਵਕਤ ਫਰੀਦਕੋਟ ਸਟੇਸ਼ਨ 'ਤੇ ਪਹੁੰਚੀ ਹੈ ਅਤੇ ਅਮਰਨਾਥ ਯਾਤਰਾ ਜਿਹੜੀ ਹੈਗੀ ਉਹ ਸ਼ੁਰੂ ਹੋ ਚੁੱਕੀ ਹੈ। ਉਸਦੇ ਮੱਦੇਨਜ਼ਰ ਜਿਹੜੀ ਚੈਕਿੰਗ ਹੈਗੀ ਹੈ ਉਹ ਬੇਹੱਦ ਜ਼ਿਆਦਾ ਵਧਾ ਦਿੱਤੀ ਗਈ ਹੈ, ਚੈਕਿੰਗ ਜਿਹੜੀ ਹੈਗੀ ਹੈ ਕੀਤੀ ਜਾ ਰਹੀ ਹੈ। ਹਾਲਾਂਕਿ ਰੂਟੀਨ ਵਿੱਚ ਵੀ ਜਿਹੜੀ ਚੈਕਿੰਗ ਹੈ ਉਹ ਲਗਾਤਾਰ ਹੁੰਦੀ ਰਹਿੰਦੀ ਹੈ, ਪਰ ਇਸ ਵਕਤ ਦੀ ਗੱਲ ਕਰੀਏ ਤਾਂ ਵਿਸ਼ੇਸ਼ ਤੌਰ 'ਤੇ ਦੱਸਿਆ ਜਾ ਰਿਹਾ ਕਿ ਅਮਰਨਾਥ ਯਾਤਰਾ ਨੂੰ ਲੈ ਕੇ ਜਿਹੜੀ ਹੈਗੀ ਹੈ ਉਹ ਚੈਕਿੰਗ ਇਸ ਵਕਤ ਕੀਤੀ ਜਾ ਰਹੀ ਹੈ। ਤਾਂ ਜੋ ਲੋਕ ਨੇ ਗੱਲਬਾਤ ਕਰੀਏ ਆਪਾਂ ਤਾਂ ਇਸ ਵਕਤ ਵੇਖ ਸਕਦੇ ਹੋ ਇੱਥੇ ਤਲਾਸ਼ੀ ਜਿਹੜੀ ਹੈ, ਜੋ ਸਮਾਨ ਹੈ ਇਹਨਾਂ ਯਾਤਰੀਆਂ ਦਾ ਉਹ ਚੈੱਕ ਕੀਤਾ ਜਾ ਰਿਹਾ। ਪੈਨੀ ਨਜ਼ਰ ਹਰ ਇੱਕ ਚੀਜ਼ 'ਤੇ ਰੱਖੀ ਜਾ ਰਹੀ ਹੈ। ਤਾਂ
ਜੋ ਹੋਰ ਲੋਕ ਜੋ ਵਿਅਕਤੀ ਆ ਜਾ ਰਹੇ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਤਾਂ ਤਸਵੀਰਾਂ ਤੁਸੀਂ ਇਸ ਵਕਤ ਵੇਖ ਰਹੇ ਹੋ, ਟ੍ਰੇਨ ਇੱਥੋਂ ਰਵਾਨਾ ਹੋ ਰਹੀ ਹੈ ਅਤੇ ਗੱਲਬਾਤ ਕਰੀਏ ਆਪਾਂ ਜੋ ਲੋਕ ਇੱਥੇ ਮੌਜੂਦ ਨੇ, ਯਾਤਰੀ ਜੋ ਆਏ ਨੇ, ਉਹਨਾਂ ਦੀ ਵੀ ਜਾਂਚ ਜਿਹੜੀ ਹੈਗੀ ਇੱਥੇ ਕੀਤੀ ਜਾ ਰਹੀ ਹੈ। ਉਹਨਾਂ ਦਾ ਸਮਾਨ ਜੋ ਹੈ ਉਹ ਪ੍ਰੋਪਰ ਤਰੀਕੇ ਨਾਲ ਚੈੱਕ ਕੀਤਾ ਜਾ ਰਿਹਾ ਹੈ। ਤਾਂ ਇੱਥੇ ਜੋ ਇਸ ਵਕਤ ਯਾਤਰੀ ਆਏ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਉਹਨਾਂ ਦੇ ਸਮਾਨ ਦੀ ਤਲਾਸ਼ੀ ਜਿਹੜੀ ਹੈਗੀ ਹੈ ਉਹ ਲਈ ਜਾ ਰਹੀ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਉੱਥੇ। ਤਾਂ ਜੋ ਯਾਤਰੀ ਨੇ ਇਸ ਵਕਤ ਆ ਰਹੇ ਨੇ ਉਹਨਾਂ ਦੇ ਸਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਮਹਿਲਾ ਪੁਲਿਸ ਕਰਮਚਾਰੀ ਨੇ ਉਹਨਾਂ ਵੱਲੋਂ ਇੱਥੇ ਇਹ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ। ਸਿਟੀ ਦੇ ਨਾਲ ਨਾਲ ਜੋ ਹੋਰ ਪੁਲਿਸ ਹੈ, ਉਹ GRP ਦੀ ਪੁਲਿਸ ਹੈ, ਉਹ ਵੀ ਲਗਾਤਾਰ ਇਸ ਜਾਂਚ ਵਿੱਚ ਜੁਟੀ ਹੋਈ ਹੈ। ਤਾਂ ਜੋ ਇੱਥੇ ਰੇਲਵੇ ਦੇ SHO ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅਤੇ ਜਾਣਾਂਗੇ ਕਿ ਵਿਸ਼ੇਸ਼ ਤੌਰ 'ਤੇ ਸਰ ਚੈਕਿੰਗ ਜਿਹੜੀ ਹੈ ਵਿਸ਼ੇਸ਼ ਤੌਰ 'ਤੇ ਕਿਹੜੀ ਗੱਲਾਂ ਦੇ ਮੱਦੇਨਜ਼ਰ ਕੀਤੀ ਜਾ ਰਹੀ। ਇਹ ਯਾਤਰਾਵਾਂ ਚੱਲ ਰਹੀਆਂ ਹੁਣ ਵੱਖ ਵੱਖ ਜਿਹੜੇ ਲੋਕ ਦੂਰ ਦਰੇਡਿਓ ਜਿਹੜੀਆਂ ਇਹਨਾਂ ਟ੍ਰੇਨਾਂ ਵਿੱਚ ਸਫ਼ਰ ਕਰਦੇ ਆ ਰਹੇ ਆ, ਤਾਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜੀ ਚੈਕਿੰਗ ਜਿਹੜੀ ਕੀਤੀ ਜਾਂਦੀ ਹੈ, ਤਾਂ ਜੋ ਜਿਹੜੇ ਮੁਸਾਫਰ ਹੈ ਉਹ ਸੁਰੱਖਿਆ ਮਹਿਸੂਸ ਕਰਨ, ਵੀ ਪੁਲਿਸ ਉਹਨਾਂ ਦੀ ਜਿਹੜੀ ਹੈਗੀ ਹੈ ਜ਼ਿੰਮੇਵਾਰੀ ਲਈ ਹੈ ਤਾਂ ਉਹਨੂੰ ਨਿਭਾ ਰਹੀ ਹੈ। ਕੀ ਹਰ ਇੱਕ ਥਾਂ 'ਤੇ ਇਸੇ ਤਰੀਕੇ ਨਾਲ ਚੈਕਿੰਗ ਹੋ ਰਹੀ ਹੈ? ਹਾਂ, ਸਾਰੇ ਹੀ ਜਿੰਨੀਆਂ ਸਟੇਸ਼ਨ ਹੈ ਸਾਡੇ ਸਾਰਿਆਂ 'ਤੇ ਇਸੇ ਤਰ੍ਹਾਂ ਚੈਕਿੰਗ ਜਿਹੜੀ ਕੰਟੀਨਿਊ ਚੱਲ ਰਹੀ ਹੈ। ਹਰ ਰੋਜ਼ ਜ਼ਿਲ੍ਹਾ ਪੁਲਿਸ, RPF, ਜ਼ਿਲ੍ਹਾ ਪੁਲਿਸ ਦੀ ਮਦਦ ਵੀ ਸਾਡੇ ਨਾਲ ਆ, ਸਾਰੇ ਉਹਨਾਂ ਦੇ ਅਫੀਸਰ GO ਸਾਹਿਬਾਨ ਵੀ ਆਉਂਦੇ ਆ, ਸਮੇਂ ਸਮੇਂ ਸਿਰ ਜਿਹੜੀਆਂ ਇਹ ਟ੍ਰੇਨਾਂ ਦੀ ਚੈਕਿੰਗ ਹੁੰਦੀ ਰਹਿੰਦੀ ਹੈ। ਆਮ ਪਬਲਿਕ ਨੂੰ ਕਿਸ ਤਰੀਕੇ ਦੀ ਅਪੀਲ ਹੈ, ਕਿਹੜੀ ਕਿਹੜੀ ਗੱਲਾਂ ਧਿਆਨ ਰੱਖਣਾ ਚਾਹੀਦਾ ਸਫ਼ਰ ਦੌਰਾਨ ਉਹਨਾਂ ਨੂੰ? ਪਬਲਿਕ ਨੂੰ ਅਸੀਂ ਇਹਦੇ ਰਾਹੀਂ ਵੀ ਮਾਧਿਅਮ ਬੋਲ ਰਹੇ ਹਾਂ, ਦੂਸਰੇ ਰਾਹੀਂ ਐਡਵੋਕੇਟ ਕਰ ਰਹੇ ਹਾਂ ਵੀ ਕਿਸੇ ਲਵਾਰਸ ਚੀਜ਼ ਨੂੰ ਹੱਥ ਨਾ ਲਾਉਣ, ਜੇ ਕੋਈ ਚੀਜ਼ ਦਿਸਦੀ ਹੈ ਤਾਂ ਪੁਲਿਸ ਨੂੰ ਇਨਫੋਰਮ ਕਰਨ, ਪੁਲਿਸ ਨੂੰ ਦੱਸਣ, ਉਹ ਆਪ ਖੁਦ ਨਾ ਕਿਸੇ ਚੀਜ਼ ਨੂੰ ਹੱਥ ਲਾਉਣ। SHO ਲਾਡਾ ਜੀ ਸਾਡੇ ਨਾਲ ਮੌਜੂਦ ਸੀਗੇ, ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਉਹਨਾਂ ਨੂੰ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਜਿਹੜੀ ਦਿਖਾਈ ਦਿੰਦੀ ਹੈ ਉਹ ਪੁਲਿਸ ਨੂੰ ਸੂਚਿਤ ਕਰਨ, ਖੁਦ ਕਿਸੇ ਵੀ ਚੀਜ਼ ਨੂੰ ਹੱਥ ਨਾਲ ਲਗਾਏ। ਜੇ ਫਿਲਹਾਲ ਦੀ ਗੱਲ ਕਰੀਏ ਤਾਂ ਸੁਰੱਖਿਆ ਵਿਵਸਥਾ ਪੂਰੀ ਚੱਕ ਚੌਂਦ ਕੀਤੀ ਗਈ ਹੈ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ TV। ਮੀਆਂ ਮੁਰਾਦ ਅਲੀ ਜੀ, ਖੁਦਾ ਦੇ ਘਰ ਦੇਰ ਹੈ ਅੰਧੇਰ ਨਹੀਂ, ਹਰ ਸਮੱਸਿਆ ਦਾ ਸਮਾਧਾਨ। ਸਮੱਸਿਆ ਜਿਵੇਂ ਲਵ ਮੈਰਿਜ, ਵਸ਼ੀਕਰਨ, ਕਿੱਤਾ ਕਰਾਇਆ, ਲਾਟਰੀ ਨੰਬਰ ਹੋਵੇ ਜਾਂ ਲੋਟੋ ਮੈਕਸ 649। ਮੇਰੇ ਔਰ ਮੇਰੇ ਪਤੀ ਕੇ ਬੀਚ ਮੈਂ ਬਹੁਤ ਅਨਬਨ ਰਹਿਤੀ ਥੀ, ਜਿਸਕੀ ਵਜ੍ਹਾ ਸੇ ਮੈਂ ਬਹੁਤ ਸਾਰੇ ਤਾਂਤਰਿਕੋ ਸੇ ਮਿਲੀ, ਪਰ ਮੁਝੇ ਕੋਈ ਸਮਾਧਾਨ ਨਹੀਂ ਮਿਲਾ। ਉਸਕੇ ਬਾਅਦ ਮੈਂ ਮੀਆਂ ਮੁਰਾਦ ਅਲੀ ਜੀ ਸੇ ਮਿਲੀ, ਜਿਸਸੇ ਕਿ ਅਬ ਮੈਂ ਆਪਣੇ ਵੈਵਾਹਿਕ ਜੀਵਨ ਮੈਂ ਬਹੁਤ ਖੁਸ਼ ਹੂੰ। ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ, ਬਹੁਤ ਜਗ੍ਹਾ ਤੇ ਧੱਕੇ ਖਾਏ, ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ। ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ, ਅਸੀਂ ਬੜੇ ਔਖੇ ਹੋ ਗਏ, ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ, ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋ ਨਿਪਟਾਰਾ ਕਰ ਦਿੱਤਾ, ਹੁਣ ਅਸੀਂ ਬਹੁਤ ਖੁਸ਼। ਹੁਣੇ ਕਾਲ ਕਰੋ 98417 18786, 97797, 24075।